है पर्याय
बिन कौन करे ऐसी मेरे पाप तो ही कर
Thank you.
ਸਤਨਾਮ ਦੇ ਪੁੱਤਰ ਤੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਧਰਮ ਸਤਿਕਾਰ ਜਨ ਸੰਗਤ ਸਮੇਤ ਆਓ ਜਿੰਨੇ ਵੀ ਮਾਈ ਭਾਈ ਇੱਥੇ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਨੇ ਸਾਰਿਆਂ ਨੇ ਮਨ ਗਿਰਤੀ ਨੂੰ ਉਜਾਗਰ ਕਰਨਾ ਹੈ, ਰਸਨਾ ਨੂੰ ਪੁੱਤਰ ਕਰਨਾ ਹੈ, ਸਭ ਨੇ ਗੱਜ ਕੇ ਕਹਿਣਾ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਆਓ ਇੱਕ ਵਾਰੀ ਫੇਰ ਸਾਰਿਆਂ ਨੇ ਕਿਰਪਾ ਕਰਨੀ ਹੈ, ਉਹਨਾਂ ਸਤਿਗੁਰਾਂ ਨੂੰ ਅਸਾਂ ਯਾਦ ਕਰਨਾ ਹੈ ਜਿਨ੍ਹਾਂ ਦਾ 204ਵਾਂ ਪ੍ਰਕਾਸ਼ ਪੁਰਬ ਅਸੀਂ ਸਾਰਿਆਂ ਨੇ ਸਾਰਾ ਸਾਲ ਮਨਾਉਣਾ ਹੈ। ਇਹ ਆਪਣੇ ਹੁਣੇ ਪਿਛਲੇ ਮਹੀਨੇ ਤੋਂ ਹੀ ਸ਼ੁਰੂ ਹੋਇਆ ਹੈ। ਉਹਨਾਂ ਸਤਿਗੁਰਾਂ ਨੂੰ ਆਪਣੇ ਮਨ ਹਿਰਦੇ ਵਿੱਚ ਵਸਾਈਏ, ਚਰਨਾਂ ਤੇ ਨਤਮਸਤਕ ਹੋਈਏ, ਸਭ ਗੱਜ ਕੇ ਅੱਜ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਲਾਹਾ ਅਸੀਂ 53 ਸਾਲ ਪ੍ਰਤੱਖ ਦਰਸ਼ਨ ਕੀਤੇ ਨੇ, ਖੱਟਿਆ ਹੈ, ਅਨੇਕਾਂ ਹੀ ਸੁੱਖ ਉਹਨਾਂ ਤੋਂ ਸਾਨੂੰ ਮਿਲੇ ਨੇ, ਉਹਨਾਂ ਨੇ ਕੁੱਲ ਸ੍ਰਿਸ਼ਟੀ ਨੂੰ ਬੜੇ ਸੁੱਖ ਪ੍ਰਦਾਨ ਕੀਤੇ ਨੇ। ਆਓ ਸਾਡਾ ਵੀ ਫਰਜ ਬਣਦਾ ਹੈ ਉਹਨਾਂ ਨੂੰ ਅਸੀਂ ਯਾਦ ਕਰੀਏ, ਮਨ ਹਿਰਦੇ ਵਿੱਚ ਉਸਾਈਏ, ਚਰਨਾਂ ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੀ ਸਾਡੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਹੁਣ ਕੀਤੇ ਹੋਏ ਨਾ ਕਾਰਜਾਂ ਨੂੰ ਅਸੀਂ ਸਫਲ ਕਰਨਾ ਹੈ। ਇਹ ਕਿਸ ਤਰ੍ਹਾਂ ਸਫਲ ਹੁੰਦੇ ਨੇ? ਜਦੋਂ ਇਹਨਾਂ ਕਾਰਜਾਂ ਤੇ ਸਮੇਂ ਦੇ ਮਾਲਕ ਦੀ ਮੋਹਰ ਲੱਗਦੀ ਹੈ ਤਾਂ ਫਿਰ ਮਨੁੱਖ ਦਾ ਕਾਰਜ ਸਫਲ ਹੁੰਦਾ ਵੇਖਿਆ ਗਿਆ। ਜੇ ਮਨੁੱਖ ਦਾ ਕਾਰਜ ਸਫਲ ਹੁੰਦਾ ਵੇਖਿਆ ਤਾਂ ਫਿਰ ਨਾਲ ਹੀ ਇਹਦੇ ਮਨੁੱਖ ਦਾ ਜੀਵਨ ਵੀ ਸਫਲ ਹੁੰਦਾ ਵੇਖਿਆ ਗਿਆ। ਆਓ ਆਪਣੇ ਇਹਨਾਂ ਕਾਰਜਾਂ ਨੂੰ ਸਫਲ ਕਰਾਈਏ, ਨਾਲੇ ਮਨੁੱਖੀ ਜੀਵਨ ਨੂੰ ਸਫਲ ਕਰਾਈਏ, ਉਹ ਸਮੇਂ ਦੇ ਮਾਲਕ ਨੂੰ ਯਾਦ ਕਰੀਏ, ਮਨ ਹਿਰਦੇ ਵਿੱਚ ਵਸਾ ਕੇ ਸਭ ਗੱਲ ਤਿਆਰ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਚੰਦਰ ਵਿਹਾਰ ਦੀ ਸਾਧ ਸੰਗਤ ਨੇ ਹਫ਼ਤਾਵਾਰੀ ਇਹ ਸਮਾਗਮ ਕਰਾਉਂਦੇ ਨੇ। ਭਜਨ ਬੰਦਗੀ ਹੁੰਦੀ ਹੈ, ਕਥਾ ਕੀਰਤਨ ਹੁੰਦੇ ਨੇ, ਦੀਵਾਨ ਸਜਦੇ ਨੇ। ਗੁਰਸਿੱਖੀ ਸਮਾਜ ਦੇ ਵਿੱਚ ਬਹੁਤ ਹੀ ਵੱਡਾ ਤੇ ਬਹੁਤ ਉੱਤਮ ਕਰਮ ਮੰਨਿਆ ਗਿਆ ਹੈ। ਚੰਗੇ ਵੱਡੇ ਭਾਗ ਹੋਣ ਤਾਂ ਫਿਰ ਇਹ ਸਮਾਂ ਪ੍ਰਾਪਤ ਹੁੰਦਾ ਹੈ ਮਨੁੱਖ ਨੂੰ। ਇਸ ਲਈ ਕਿੱਡੇ ਚੰਗੇ ਵੱਡੇ ਭਾਗਾਂ ਵਾਲੇ ਆ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਸ ਸਮੇਂ ਨੂੰ ਸਫਲ ਕਰਦੇ ਪਏ ਆ ਜਿਹੜੇ ਸਮੇਂ ਵਿੱਚ ਸੰਸਾਰ ਚ ਕਿਤਨੀ ਅੱਗ ਲੱਗੀ ਏ, ਕਿਤਨੀ ਈਰਖਾ ਨਾਲ ਭਰਿਆ ਪਿਆ ਸਮਾਂ। ਇਹ ਸਮਾਂ ਆ ਹੁਣੇ ਪਿਛਲੇ ਹਫ਼ਤੇ ਸਾਧ ਸੰਗਤ ਹੋਲੇ ਮਹੱਲੇ ਦੇ ਦਰਸ਼ਨ ਕਰਕੇ ਆਈਏ, ਸਤਿਗੁਰਾਂ ਦੇ ਦਰਸ਼ਨ ਕੀਤੇ ਨੇ। ਇਹਨਾਂ ਸਮਿਆਂ ਵਿੱਚ ਜਦੋਂ ਹੋਲੇ ਮਹੱਲੇ ਦੇ ਦਰਸ਼ਨ ਕਰੀਏ ਤਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦ ਫਿਰ ਤਾਜ਼ਾ ਹੋ ਜਾਂਦੀ ਹੈ, ਕਿਉਂਕਿ ਇਹ ਜਿਹੜੇ ਸਮਾਗਮ ਹੋਲੇ ਮਹੱਲਿਆਂ ਦੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤੇ ਸਨ, ਉਹਨਾਂ ਸਮਿਆਂ ਦੇ ਵਿੱਚ ਸੰਸਾਰ ਦੀ ਜੋ ਹਾਲਤ ਸੀ ਦੇਖੀ ਨਹੀਂ ਸੀ ਜਾ ਸਕਦੀ, ਬਿਆਨ ਨਹੀਂ ਸੀ ਕਰ ਸਕਦਾ, ਇਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਸੀ। ਇਹ ਲੋਕਾਂ ਵਿੱਚ ਜਿਹੜੇ ਤਿਉਹਾਰ ਮਨਾਉਣ ਦੀ ਜਿਹੜੀ ਰਸਮ ਸੀ ਬੜੀ ਹੀ ਮਾੜੇ ਢੰਗ ਨਾਲ ਮਨਾਈ ਜਾਂਦੀ ਸੀ। ਇਹ ਹੋਲੀ ਦਾ ਤਿਉਹਾਰ ਜਿਹੜਾ ਕੋਈ ਚੰਗੀ ਪੱਧਰ ਤੇ ਨਹੀਂ ਸੀ ਮਨਾਇਆ ਜਾਂਦਾ, ਐਸਾ ਇਸ ਤਿਉਹਾਰ ਨੂੰ ਮਾੜਾ ਕਰ ਦਿੱਤਾ ਸੀ ਕਿ ਲੋਕੀ ਆਪਸ ਝਗੜਾ ਵੀ ਕਰ ਲੈਂਦੇ ਸਨ ਇਹਨਾਂ ਤਿਉਹਾਰਾਂ ਦੇ ਉੱਤੇ ਆ ਕੇ। ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਣ ਕੇ ਇਹਨਾਂ ਪੁਰਬਾਂ ਨੂੰ ਇੰਨਾ ਉੱਚਾ ਤੇ ਸੁੱਚਾ ਤੇ ਪਵਿੱਤਰ ਬਣਾਇਆ ਤੇ ਨਾਲੇ ਇਹਨਾਂ ਦੇ ਫਿਰ ਜਿਹੜੇ ਨਾ ਉਹਨਾਂ ਨੇ ਮਰ ਬਦਲ ਕੇ ਤੇ ਮਰਦਾਨਾ ਨਾਂ ਰੱਖੇ ਨੇ ਫਿਰ ਸਤਿਗੁਰਾਂ ਨੇ ਆਣ ਕੇ
ਆਪਣੇ ਸਮੇਂ ਦੇ ਵਿੱਚ ਉਹਨਾਂ ਫਿਰ ਜਿੱਥੇ ਕੜਸੀ ਆਖਦੇ ਸਨ ਉੱਥੇ ਕੜਸਾ ਆਖਿਆ ਗਿਆ, ਜਿੱਥੇ ਪਤੀਲੇ ਆਖਦੇ ਸਨ ਉੱਥੇ ਪਤੀਲਾ ਆਖਿਆ ਗਿਆ। ਉਸੇ ਤਰ੍ਹਾਂ ਸਤਿਗੁਰਾਂ ਫਿਰ ਹੋਲੀ ਨੂੰ ਫਿਰ ਮਰਦਾਨਾ ਨਾਂ ਦਿੱਤਾ ਤੇ ਫਿਰ ਹੋਲਾ ਆਖਿਆ ਗਿਆ। ਇਹ ਹੋਲਾ ਸਤਿਗੁਰਾਂ ਨੇ ਫਿਰ ਗੁਰਬਾਣੀ ਦੇ ਨਾਲ ਜੁੜ ਕੇ ਨਾਮ ਬਦਲੀ ਦੇ ਨਾਲ ਜੁੜ ਕੇ ਇਸ ਨੂੰ ਫਿਰ ਉੱਚਾ ਕੀਤਾ। ਇਸ ਦਾ ਨਾਂ ਜਿਹੜਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੋਲੇ ਮਹੱਲੇ ਮਨਾਉਣੇ ਸ਼ੁਰੂ ਕੀਤੇ ਆਪਣੇ ਸਮੇਂ ਦੇ ਵਿੱਚ। ਸੋ ਇਹੋ ਹੀ ਮਰਿਆਦਾ ਫਿਰ ਅੱਗੇ ਚੱਲ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਪਣਾਈ। ਇਹਨਾਂ ਸਮਿਆਂ ਚ ਵੀ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਣਾਈ ਹੋਈ ਸਿੱਖੀ ਸੀ ਸਾਧਨ ਸੁਮਤ ਮੂਰਤ, ਉਹਨਾਂ ਦੇ ਜਾਣ ਤੋਂ ਬਾਅਦ ਫਿਰ ਬਹੁਤ ਨੀਵੀਂ ਗਿਰਾਵਟ ਪੈ ਗਈ, ਨੀਵੀਂ ਜਗ੍ਹਾ ਤੇ ਆ ਗਈ। ਪਾਤ ਸਿੰਘ ਬਹੁਤ ਗਿਰਦੇ ਸਨ, ਸਿੱਖੀ ਤੋਂ ਪਤਿਤ ਹੋ ਚੁੱਕੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰ ਆਣ ਕੇ ਉਸ ਮਰਿਆਦਾ ਨੂੰ ਚਲਾਇਆ, ਉਹ ਉੱਚੀ ਹੋਈ ਰਾਗ ਜਿਹੜੀ ਸਿੱਖੀ ਦੀ ਸੀ ਉਹਦੇ ਵਿੱਚ ਫਿਰ ਚਿਗਾਰੀ ਭਰੀ ਏ, ਸਿੱਖਾਂ ਨੂੰ ਯਾਦ ਕਰਾਇਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਕੈਸੀ ਸੀ, ਜਿਨ੍ਹਾਂ ਨੇ ਯਾਦ ਕੀਤੀ ਉਹਨਾਂ ਦੇ ਫਿਰ ਨਾਂ ਅੱਜ ਵੀ ਇਤਿਹਾਸ ਦਰਜ ਕੀਤੇ ਗਏ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਸਮੇਂ ਚ ਜਿੱਥੇ ਜਿੱਥੇ ਵੀ ਦੌਰੇ ਕੀਤੇ ਨੇ ਉਹਨਾਂ ਨੇ, ਜਿਨ੍ਹਾਂ ਜਿਨ੍ਹਾਂ ਨੇ ਵੀ ਦਰਸ਼ਨ ਕੀਤੇ ਨੇ ਉਹਨਾਂ ਨੇ, ਉਹ ਫਿਰ ਗੁਰਚਰਨਾਂ ਦੇ ਉਪਾਸਕ ਬਣ ਗਏ ਸਨ, ਭਜਨ ਬੰਦਗੀ ਚ ਲੱਗ ਗਏ ਸਨ, ਬੜੀ ਸਿੱਖੀ ਫੈਲਾਈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਸਮੇਂ ਦੇ ਅੰਦਰ ਮਰਿਆਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ, ਪਰ ਉਹਨੂੰ ਜਾਗਰਤ ਕੀਤਾ ਸਤਿਗੁਰੂ ਰਾਮ ਸਿੰਘ ਨੇ ਆਣ ਕੇ ਆਪਣੇ ਸਮੇਂ ਦੇ ਅੰਦਰ ਐਸੀ ਲਹਿਰ ਚਲਾ ਦਿੱਤੀ। ਦਸਾਂ ਸਾਲਾਂ ਦੇ ਵਿੱਚ ਸਤਨਾਮ ਨਾਮਧਾਰੀ ਸਜਾ ਕੇ ਰੱਖਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ। ਮਰਿਆਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਕਿਰਪਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ।